ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੁਣ ਆਪਾਂ ਪਹੁੰਚੇ ਹਾਂ ਜੀ ਗੁਰਦੁਆਰਾ ਚਬਾਰਾ ਸਾਹਿਬ ਵਿਖੇ ਜੀ। ਜਦੋਂ ਨਾ ਪਾਤਸ਼ਾਹ ਟਿੰਡ ਦਾ ਸਿਰਹਾਣਾ ਲਾ ਕੇ ਮਾਛੀਵਾੜੇ ਦੇ ਜੰਗਲ ਵਿੱਚ ਪਏ ਸੀਗੇ, ਤਾਂ ਜਿਹੜਾ ਉਹ ਖੇਤ ਸੀਗਾ ਜਾਂ ਉਹ ਜਗ੍ਹਾ ਸੀਗੀ ਨਾ, ਉਹ ਗੁਲਾਬੇ ਅਤੇ ਪੰਜਾਬੇ ਦੀ ਜਗ੍ਹਾ ਸੀਗੀ। ਅਤੇ ਗੁਲਾਬੇ ਅਤੇ ਪੰਜਾਬੇ ਨੂੰ ਜਦੋਂ ਪਤਾ ਲੱਗਾ ਵੀ ਪਾਤਸ਼ਾਹ ਸਾਡੇ ਉੱਥੇ ਖੂਹ ਦੇ ਉੱਤੇ ਪਏ ਨੇ, ਤਾਂ ਉਹ ਪਾਤਸ਼ਾਹ ਨੂੰ ਲੈ ਕੇ ਆਪਣੇ ਘਰ ਇਸ ਚੁਬਾਰੇ ਦੇ ਵਿੱਚ ਆਏ ਸੀਗੇ ਜੀ। ਅਤੇ ਪਾਤਸ਼ਾਹ ਨੂੰ ਬਹੁਤ ਪਿਆਰ ਕਰਦੀ ਸੀ ਇੱਕ ਮਾਤਾ ਜੀ, ਮਾਤਾ ਹਰਦੇਈ ਜੀ। ਉਹਨੇ ਨਾ ਪਾਤਸ਼ਾਹ ਲਈ ਚੋਲਾ ਰੰਗਿਆ ਸੀਗਾ ਜੀ। ਅਤੇ ਬਾਅਦ ਵਿੱਚ ਪਾਤਸ਼ਾਹ ਜਦੋਂ ਉੱਚਤਾ ਪੀਰ ਬਣੇ ਨੇ, ਨੀਲੇ ਰੰਗ ਦਾ ਚੋਲਾ ਮਹਾਰਾਜ ਨੇ ਰੰਗਾਇਆ ਸੀ, ਅਤੇ ਜਿਸ ਦੇ ਵਿੱਚ ਉਹ ਚੋਲਾ ਰੰਗਿਆ ਸੀਗਾ ਮੱਟ ਦੇ ਵਿੱਚ ਜੀ, ਉਹ ਮੱਟ ਆ ਜਿਹੜਾ ਉਹ ਅੱਜ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਮੌਜੂਦ ਆ ਜੀ। ਆ ਜਾਓ ਆਪਾਂ ਤੁਹਾਨੂੰ ਉਸ ਮੱਟ ਦੇ ਜੀ ਦਰਸ਼ਨ ਕਰਾਉਂਦੇ ਹਾਂ ਜੀ। ਬਹੁਤ ਸੋਹਣੀ ਇਮਾਰਤ ਬਣੀ ਹੋਈ ਹੈ ਜੀ ਇਹ। ਆ ਜਾਓ ਚੱਲਦੇ ਅੰਦਰ ਨੂੰ ਜੀ। ਇਹ ਆ ਜੀ ਉਹ ਮੱਟ ਸਾਹਿਬ ਜੀ, ਜਿਹਦੇ ਵਿੱਚ ਮਾਤਾ ਨੇ ਪਾਤਸ਼ਾਹ ਲਈ ਚੋਲਾ ਰੰਗਿਆ ਸੀਗਾ ਜੀ। ਇਹ ਆ ਜੀ ਸੋਹਣਾ ਉੱਚਾ ਨਿਸ਼ਾਨ ਸਾਹਿਬ ਝੂਲਦਾ ਹੋਇਆ, ਜਿੱਥੇ ਸਾਡੇ ਪਾਤਸ਼ਾਹ ਕਿਸੇ ਸਮੇਂ ਆ ਕੇ ਬੈਠੇ ਸਨ ਜੀ। ਹੁਣ ਆਪਾਂ ਦਰਸ਼ਨ ਕਰ ਲਏ ਜੀ ਗੁਰਦੁਆਰਾ ਚੁਬਾਰਾ ਸਾਹਿਬ ਦੇ। ਆਓ ਚੱਲਦੇ ਹਾਂ ਉਸ ਥਾਂ ਦੇ ਦਰਸ਼ਨ ਕਰਨ ਲਈ ਜਿੱਥੋਂ ਦਸਵੇਂ ਪਾਤਸ਼ਾਹ ਉੱਚ ਦਾ ਪੀਰ ਬਣ ਕੇ ਗਏ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੁਣ ਆਪਾਂ ਪਹੁੰਚੇ ਹਾਂ ਜੀ ਗੁਰਦੁਆਰਾ ਗਨੀ ਖਾਂ ਅਤੇ ਨਵੀ ਖਾਂ ਜੀ ਦੇ ਅਸਥਾਨ 'ਤੇ ਜੀ। ਇਸ ਜਗ੍ਹਾ ਤੋਂ ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਜੀ ਉੱਚ ਦਾ ਪੀਰ ਬਣਾ ਕੇ ਜੀ ਗਨੀ ਖਾਂ ਅਤੇ ਨਵੀ ਖਾਂ ਵੱਲੋਂ ਅੱਗੇ ਗੁਰਦੁਆਰਾ ਆਲਮਗੀਰ ਸਾਹਿਬ ਤੱਕ ਜੀ ਪਲੰਘ ਉੱਤੇ ਬਿਰਾਜਮਾਨ ਕਰਕੇ ਲਿਜਾਇਆ ਗਿਆ ਸੀਗਾ ਜੀ। ਬਹੁਤ ਸੋਹਣੀ ਇਮਾਰਤ ਬਣੀ ਹੋਈ ਆ ਜੀ। ਆ ਜਾਓ ਆਪਾਂ ਹੁਣ ਗਨੀ ਖਾਂ ਅਤੇ ਨਵੀ ਖਾਂ ਜੀ ਦੀ ਬਣੀ ਹੋਈ ਜਗ੍ਹਾ ਦੇ ਜੀ ਦਰਸ਼ਨ ਕਰਦੇ ਹਾਂ ਜੀ। ਇਹ ਬਣਿਆ ਹੋਇਆ ਜੀ ਅੰਦਰ ਸੋਹਣਾ ਗੁਰਦੁਆਰਾ ਸਾਹਿਬ ਜੀ। ਇਹ ਸਾਹਮਣੇ ਆ ਜੀ ਲੰਗਰ ਹਾਲ, ਗੁਰੂ ਕਾ ਲੰਗਰ ਜੀ।
ਲੋੜ ਅਨੁਸਾਰ ਆਪਾਂ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਇਸ ਨਾ ਜਗ੍ਹਾ ਦੇ ਉੱਤੇ ਦਸਵੇਂ ਪਾਤਸ਼ਾਹ 2 ਦਿਨ ਅਤੇ 2 ਰਾਤਾਂ ਰੁਕੇ ਸਨ ਜੀ। ਦਸਵੇਂ ਪਾਤਸ਼ਾਹ ਜਦੋਂ ਆਲਮਗੀਰ ਸਾਹਿਬ ਪਹੁੰਚੇ, ਉੱਥੋਂ ਵਾਪਸ ਗਨੀ ਖਾਂ ਅਤੇ ਨਵੀ ਖਾਂ ਨੂੰ ਪਾਤਸ਼ਾਹ ਨੇ ਭੇਜਿਆ ਸੀ ਨਾ, ਤਾਂ ਜਿਹੜਾ ਤੁਸੀਂ ਦੇਖ ਰਹੇ ਹੋ ਹੁਕਮਨਾਮਾ, ਇਹ ਦੇ ਕੇ ਵਾਪਸ ਭੇਜਿਆ ਸੀ ਦਸਵੇਂ ਪਾਤਸ਼ਾਹ ਨੇ ਜੀ। ਇਹ ਜਿਹੜਾ ਹੁਕਮਨਾਮਾ ਅੱਜ ਵੀ ਗਨੀ ਖਾਂ ਅਤੇ ਨਵੀ ਖਾਂ ਦੀ 9ਵੀਂ ਪੀੜ੍ਹੀ ਕੋਲ ਜੀ ਪਾਕਿਸਤਾਨ ਲਾਹੌਰ ਵਿਖੇ ਜੀ ਸਾਂਭਿਆ ਹੋਇਆ ਹੈ ਜੀ। ਹੁਣ ਆਪਾਂ ਦਰਸ਼ਨ ਕਰ ਲਏ ਜੀ ਗੁਰਦੁਆਰਾ ਗਨੀ ਖਾਂ ਅਤੇ ਨਵੀ ਖਾਂ ਦੇ। ਹੁਣ ਆਪਾਂ ਚੱਲਾਂਗੇ ਅਗਲੀ ਵੀਡੀਓ ਦੇ ਵਿੱਚ ਉਸ ਸਥਾਨ 'ਤੇ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਗ ਦਾ ਭੋਗ ਲਗਾਇਆ ਸੀ ਅਤੇ ਉੱਚ ਦਾ ਪੀਰ ਬਣ ਕੇ ਪਹੁੰਚੇ ਸੀ ਜੀ। ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਆਈਕਨ ਦੱਬਣਾ ਨਾ ਭੁੱਲਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।